ਜਲੰਧਰ ਪੁੱਜੀ ਫੋਰੈਂਸਿਕ ਟੀਮ ਨੇ ਵਿਭਾਗਾਂ ਤੋਂ ਮੰਗਿਆ 10 ਸਾਲ ਦਾ ਰਿਕਾਰਡ। ਸੀਬੀਓ ਸੁਦੀਪ ਸਿੰਘ ਮਾਨਿਕ ਦੀ ਅਗਵਾਈ ਵਿੱਚ ਜਲੰਧਰ ਨਿਗਮ ਕੰਪਲੈਕਸ ਪੁੱਜੀ ਫੋਰੈਂਸਿਕ ਟੀਮ ਨੇ ਆਪਣੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਪਹਿਲੀ ਮੀਟਿੰਗ ਵਿੱਚ ਹੀ ਬੀ ਐਂਡ ਆਰ ਸਮੇਤ ਵਾਟਰ ਸਪਲਾਈ ਤੇ ਹੋਰ ਵਿਭਾਗਾਂ ਤੋਂ ਪਿਛਲੇ 10 ਸਾਲਾਂ ਦਾ ਰਿਕਾਰਡ ਮੰਗ ਲਿਆ ਹੈ। ਟੀਮ ਵਿੱਚ ਸੁਦੀਪ ਸਿੰਘ ਮਾਨਿਕ ਤੋਂ ਇਲਾਵਾ ਟੀਮ ਦੇ ਦੂਜੇ ਮੈਂਬਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਨਿਗਮ ਕੰਪਲੈਕਸ ਵਿੱਚ ਪੁੱਜਣ ਤੇ ਮੀਟਿੰਗ ਹੋਈ ਸੀ। ਫੋਰੈਂਸਿਕ ਟੀਮ ਨੇ ਨਿਗਮ ਪ੍ਰਸ਼ਾਸਨ ਨੂੰ ਕੁਝ ਹਫ਼ਤੇ ਪਹਿਲਾਂ ਹੀ ਸੂਚਨਾ ਭੇਜ ਕੇ ਪਿਛਲੇ 10 ਸਾਲਾਂ ਦੇ ਰਿਕਾਰਡ ਦੀ ਮੰਗ ਕੀਤੀ ਸੀ ਤੇ ਇਹ ਹਦਾਇਤ ਦਿੱਤੀ ਸੀ। ਇਸ ਸੰਬੰਧੀ ਜਲੰਧਰ ਦੇ ਨਿਗਮ ਕਮਿਸ਼ਨਰ ਬਸੰਤ ਗਰਗ ਨੇ ਦੱਸਿਆ ਕਿ ਸੁਦੀਪ ਸਿੰਘ ਮਾਨਿਕ ਦੀ ਦੇਖ ਰੇਖ ਹੇਠ ਆਈ ਟੀਮ ਨੇ ਜਲੰਧਰ ਨਗਰ ਨਿਗਮ ਦੇ ਵਿਭਾਗਾਂ ਦੀ ਫੋਰੈਂਸਿਕ ਆਡਿਟ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਹ ਆਡਿਟ ਕਿੰਨੀ ਦੇਰ ਤੱਕ ਚੱਲੇਗਾ ਇਸ ਬਾਰੇ ਉਹ ਨਹੀਂ ਦੱਸ ਸਕਦੇ। ਸਰਕਾਰ ਵੱਲੋਂ ਲੋਕਲ ਬਾਡੀਜ਼ ਵਿੱਚ ਪਿਛਲੇ ਸਮੇਂ ਵਿੱਚ ਜੋ ਕੰਮ ਹੋਇਆ ਹੈ ਉਸ ਨੂੰ ਚੈੱਕ ਕਰਨ ਲਈ, ਖਾਤਿਆਂ ਦਾ ਮਿਲਾਨ ਕਰਨ ਲਈ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਗਿਆ ਔਰ ਉਹਨਾਂ ਵੱਲੋਂ ਫੋਰੈਂਸਿਕ ਆਡਿਟ ਜਿਹੜਾ ਹੈ ਉਹ ਲੋਕਲ ਬਾਡੀਜ਼ ਦਾ ਕੀਤਾ ਜਾ ਰਿਹਾ। ਆਲਰੇਡੀ ਇਹ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀਗਾ ਅਤੇ ਹੁਣ ਅੱਜ ਜਲੰਧਰ ਵਿੱਚ ਉਹਨਾਂ ਦੀ ਟੀਮ ਇੱਥੇ ਆਈ ਹੈ ਔਰ ਉਹਨਾਂ ਨੇ ਆ ਕੇ ਹੈੱਡ ਆਫ ਦਾ ਡਿਪਾਰਟਮੈਂਟਸ ਨਾਲ ਮੀਟਿੰਗ ਕੀਤੀ, ਮਿਊਂਸਪਲ ਕਾਰਪੋਰੇਸ਼ਨ ਦਾ, ਇੰਪਰੂਵਮੈਂਟ ਟਰੱਸਟ ਦਾ ਅਤੇ ਸੀਵਰੇਜ ਬੋਰਡ ਦਾ। ਤਿੰਨ ਅਦਾਰਿਆਂ ਦਾ ਫੋਰੈਂਸਿਕ ਆਡਿਟ ਜਲੰਧਰ ਵਿੱਚ ਅੱਜ ਤੋਂ ਸ਼ੁਰੂ ਹੋਏਗਾ। ਦੇਖੋ ਇਹ ਜੋ ਸਾਨੂੰ ਉਮੀਦ ਹੈ ਇਹ 2 ਤੋਂ 2.5 ਮਹੀਨੇ ਚੱਲੇਗਾ। ਇਹਨਾਂ ਦੀ ਟੀਮਸ ਇੱਥੇ ਬੈਠਣਗੀਆਂ ਔਰ ਜਿਹੜਾ ਰਿਕਾਰਡ ਹੈ ਸਾਰਿਆਂ ਨੂੰ ਚੈੱਕ ਕਰਨ ਉਪਰੰਤ ਆਪਣੀ ਰਿਪੋਰਟਾਂ ਸਰਕਾਰ ਨੂੰ ਦੇਣਗੀਆਂ। ਇਹਦੇ ਬਾਰੇ ਮੈਂ ਹਜੇ ਕਮੈਂਟ ਨਹੀਂ ਕਰ ਸਕਦਾ, ਜਦੋਂ ਰਿਪੋਰਟ ਆਏਗੀ ਉਹ ਗਵਰਨਮੈਂਟ ਕੋਲੇ ਪੇਸ਼ ਹੋਏਗੀ, ਉਸ ਤੋਂ ਬਾਅਦ ਸਾਰਾ ਕੁਝ ਪਤਾ ਲੱਗੇ। ਅਕਾਊਂਟਸ ਦੀ ਜਾਂਚ ਹੈ ਜੀ, ਆਡਿਟ, ਫੋਰੈਂਸਿਕ ਆਡਿਟ ਜਿਹੜਾ ਹੈ ਅਕਾਊਂਟਸ ਦਾ, ਖਾਤਿਆਂ ਦਾ, ਉਸ ਤੋਂ ਇਲਾਵਾ ਜਿਹੜੇ ਵੱਖ ਵੱਖ ਲੋਕਲ ਬਾਡੀਜ਼ 'ਚ ਜੋ ਪ੍ਰੋਸੈਸਿਸ ਨੇ, ਜੋ ਅਪਰੂਵਲਸ ਨੇ, ਜੋ ਕੰਮਾਂ ਦੇ ਪ੍ਰੋਸੈਸ ਨੇ, ਉਹਨਾਂ ਨੂੰ ਵੀ ਇਹ ਚੈੱਕ ਕਰਨਗੇ। ਜੇਕਰ ਉਹਦੇ 'ਚ ਕੋਈ ਸੁਧਾਰ ਦੀ ਲੋੜ ਹੈ ਇਹ ਆਪਦੀ ਉਹ ਰਿਕਮੈਂਡੇਸ਼ਨ ਵੀ ਸਰਕਾਰ ਨੂੰ ਦੇਣਗੇ।